ਤੇ ਹੁਣ ਗੱਲ ਪੰਥਕ ਧਿਰਾਂ ਦੀ ਸ਼ੁਰੂਆਤ ਖਾਲਸਾ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਐਲਾਨੇ ਗਏ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਪੰਥਕ ਧਿਰਾਂ ਸਿੱਖ ਪੰਥ ਦੇ ਤਖਤਾਂ ਨੂੰ ਰਾਜਸੀ ਗਲਿਆਰਾਂ ਤੋਂ ਆਜ਼ਾਦ ਕਰਵਾਉਣ ਲਈ ਟਕਰਾਓ ਦੀ ਨੀਤੀ ਨਹੀਂ ਅਪਣਾਉਣਗੀਆਂ ਤਾਂ ਦੂਜੇ ਪਾਸੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲ ਪਰਿਵਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੀ ਤੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਜਮਹੂਰੀਅਤ ਦਾ ਕਤਲ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਤੇ ਉਸ ਦੇ ਵਿਰੁੱਧ ਉਹ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਗੇ। ਅਸੀਂ ਹੁਣ ਵੀ ਇਹ ਗੱਲ ਕਹਿ ਰਹੇ ਹਾਂ ਕਿ ਸਾਡੀ ਕਿਸੇ ਸਰਕਾਰ ਨਾਲ ਕਿਸੇ ਨਾਲ ਕੋਈ ਟਕਰਾਓ ਦੀ ਨੀਤੀ ਨਹੀਂ। ਇਹ ਸਾਡੇ ਸਿੱਖਾਂ ਦਾ ਧਾਰਮਿਕ ਮਸਲਾ ਹੈ ਜਿਹਦੇ ਵਿੱਚ ਬਹੁਤ ਊਣਤਾਈਆਂ ਆ ਗਈਆਂ, ਜਿਨ੍ਹਾਂ ਨੂੰ ਮਹਿਸੂਸ ਕਰਦਿਆਂ ਖਾਲਸਾ ਪੰਥ ਨੇ ਫੈਸਲਾ ਕੀਤਾ ਕਿ ਜੋ SGPC ਵੱਲੋਂ ਤਖਤਾਂ ਦੇ ਜਥੇਦਾਰ ਸਾਹਿਬ ਵੱਲੋਂ ਕੌਮ ਵਿਰੋਧੀ ਪੰਥ ਵਿਰੋਧੀ ਜਿਹੜੇ ਪਿਛਲੇ ਦਿਨੀ ਫੈਸਲੇ ਆਏ ਨੇ ਉਹਦੇ ਨਾਲ ਸਿੱਖ ਕੌਮ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਪੈਦਾ ਹੋ ਗਈ ਸੀ, ਜਿਸ ਕਰਕੇ ਸਿੱਖਾਂ ਨੇ ਇਹ ਕਦਮ ਚੁੱਕੇ ਨੇ। ਔਰ ਅਸੀਂ ਬਿਲਕੁਲ ਟਕਰਾਓ ਦੀ ਨੀਤੀ ਨਹੀਂ ਚਾਹੁੰਦੇ। ਅਸੀਂ ਗੁਰਮਰਜ਼ਾਦਾ ਦੇ ਮੁਤਾਬਕ ਅਸੀਂ ਫਿਰ ਖਾਲਸਾ ਪੰਥ ਨੂੰ ਉਹ ਜਿਹੜੇ ਧਾਰਮਿਕ ਜਿਹੜੀਆਂ ਮਰਜ਼ਾਦਾ ਜਿਹੜੀਆਂ ਉਹ ਲੀਆਂ ਜਿਹੜੀਆਂ ਉਹ ਪੈੜਾਂ ਉਹਨਾਂ 'ਤੇ ਲਿਆ ਕੇ ਖੜਾ ਕਰਨਾ ਚਾਹੁੰਦੇ। 10 ਤਰੀਕ ਸਿੱਖ ਬੁੱਧੀਜੀਵੀ ਅਤੇ ਵਕੀਲਾਂ ਦਾ ਇੱਕ ਵਫਦ ਜਿਹੜਾ ਨੁਮਾਇੰਦਾ ਉਹ ਪੰਜਾਬ ਦੇ ਰਾਜਪਾਲ ਔਰ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਅਸੀਂ ਜੋ ਪੰਜਾਬ ਦੇ ਵਿੱਚ ਜਮਹੂਰੀਅਤ ਦਾ ਕਤਲ ਕੀਤਾ, ਲੋਕਤੰਤਰ ਦਾ ਕਤਲ ਕੀਤਾ ਬਾਦਲ ਸਰਕਾਰ ਨੇ, ਉਹਦੇ ਤੱਥਾਂ ਤੋਂ ਜਾਣੂ ਕਰਾਉਣ ਵਾਸਤੇ ਅਸੀਂ ਜਲਦੀ ਭੇਜ ਰਹੇ ਹਾਂ ਰਾਜਪਾਲ ਪੰਜਾਬ ਔਰ ਗ੍ਰਹਿ ਮੰਤਰੀ ਭਾਰਤ ਦੇ ਕੋਲ, ਤਾਂ ਕਿ ਪੰਜਾਬ ਦੇ ਵਿੱਚ ਲੋਕਤੰਤਰ ਔਰ ਜਮਹੂਰੀਅਤ ਜਿਹੜੀ ਉਹ ਬਹਾਲੀ ਹੋ ਸਕੇ। ਅਸੀਂ ਮੰਗ ਪੱਤਰ ਲਈ ਅਸੀਂ ਉਹਨਾਂ ਨੂੰ ਨੁਮਾਇੰਦਿਆਂ ਨੂੰ ਭੇਜ ਰਹੇ ਹਾਂ ਜਿਹੜੇ ਜਾ ਕੇ ਤੱਥਾਂ ਤੋਂ ਜਾਣੂ ਕਰਾਉਣਗੇ। ਸਰਕਾਰ ਨੂੰ ਵੀ ਚਾਹੀਦਾ, SGPC ਨੂੰ ਵੀ ਚਾਹੀਦਾ ਕਿ ਉਹ ਜੋ ਸਰਬੱਤ ਖਾਲਸਾ ਨੇ ਸੇਵਾਦਾਰ ਥਾਪੇ ਆ ਉਹਨਾਂ ਨੂੰ ਤਖਤ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਨ ਤੋਂ ਨਾ।